ਪਿੰਡ ਸੁਲਤਾਨਵਿੰਡ ਹੈ ਜਿੱਥੇ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਚੱਲਦਾ ਹੈ, ਜਿਸ ਨੂੰ ਬੱਚਿਆਂ ਦਾ ਆਪਣਾ ਘਰ ਕਹਿ ਕੇ ਵੀ ਜਾਣਿਆ ਜਾਂਦਾ ਹੈ। ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਵਿੱਚ ਉਹ ਬੱਚੀਆਂ ਪੜ੍ਹ ਰਹੀਆਂ ਨੇ ਜਿਨ੍ਹਾਂ ਦੇ ਮਾਤਾ ਪਿਤਾ ਦੀ ਡੈਥ ਹੋ ਚੁੱਕੀ ਆ। 9 ਬੱਚੀਆਂ ਜਿਹੜੀਆਂ ਨੇ ਉਹ BSC ਨਰਸਿੰਗ ਕਰਦੀਆਂ ਪਈਆਂ ਨੇਗੀਆਂ, ਕੁਝ ਬੱਚੀਆਂ ਲਾ ਕਰਦੀਆਂ ਪਈਆਂ ਨੇ, ਕੁਝ ਬੱਚੀਆਂ BEd MEd ਕਰਦੀਆਂ ਪਈਆਂ ਨੇਗੀਆਂ। ਪੰਜਾਬ ਦੀ ਧਰਤੀ, ਬਾਬੇ ਨਾਨਕ ਦੀ ਧਰਤੀ ਦੀ ਜਿਹੜੀ ਹੈਗੀ ਉਹ ਚੋਣ ਕੀਤੀ ਸੀ ਕਿ ਮੈਂ ਸੇਵਾ ਕਰਨੀ ਆ ਅਤੇ ਬਾਬੇ ਨਾਨਕ ਦੀ ਧਰਤੀ, ਗੁਰੂਆਂ ਦੀ ਧਰਤੀ 'ਤੇ ਰਹਿ ਕੇ ਹੀ ਸੇਵਾ ਕਰਨੀ ਆ। ਸਿੰਪਲ ਅਤੇ ਸਾਦੇ ਤਰੀਕੇ ਨਾਲ ਵਿਆਹ ਕੀਤੇ ਜਾਣ, ਪਰ ਕਈ ਵਾਰੀ ਬੱਚੀਆਂ ਦੀਆਂ ਥੋੜ੍ਹੀਆਂ ਬਹੁਤੀਆਂ ਖਾਹਿਸ਼ਾਂ ਨੂੰ ਵੀ ਮੱਦੇਨਜ਼ਰ ਰੱਖਣਾ ਹੁੰਦਾ ਹੈਗਾ ਵਾ। ਬਹੁਤ ਸਾਰੀਆਂ ਬੱਚੀਆਂ ਵਿਆਹੁਣ ਯੋਗ ਵੀ ਨੇ ਜਿਨ੍ਹਾਂ ਦੇ ਆਨੰਦ ਕਾਰਜ ਵੀ ਕਰਨੇ ਨੇਗੇ। ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਸੁਖਬੀਰ ਸਿੰਘ ਸ਼ਿਰਗਿੱਲ ਅਤੇ ਤੁਸੀਂ ਵੇਖਣਾ ਸ਼ੁਰੂ ਕਰ ਚੁੱਕੇ ਹੋ ਹਮਦਰਦ TV। ਅੱਜ ਤੁਹਾਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਲੈ ਆਏ ਹਾਂ। ਪਿੰਡ ਸੁਲਤਾਨਵਿੰਡ ਹੈ ਜਿੱਥੇ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਚੱਲਦਾ ਹੈ, ਜਿਸ ਨੂੰ ਬੱਚੀਆਂ ਦਾ ਆਪਣਾ ਘਰ ਕਹਿ ਕੇ ਵੀ ਜਾਣਿਆ ਜਾਂਦਾ ਹੈ। ਬੱਚੀਆਂ ਦਾ ਆਪਣਾ ਘਰ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ 200 ਦੇ ਕਰੀਬ ਬੱਚੀਆਂ ਜਿਹੜੀਆਂ ਨੇ ਇਸ ਆਪਣੇ ਚੈਰੀਟੇਬਲ ਟਰੱਸਟ ਦੇ ਵਿੱਚ ਰਹਿੰਦੀਆਂ ਨੇ। ਇਹਨਾਂ ਦੀ ਪੜ੍ਹਾਈ ਦਾ, ਇਹਨਾਂ ਦੇ ਰਹਿਣ ਸਹਿਣ ਦਾ, ਇਹਨਾਂ ਦੀ ਸਾਂਭ ਸੰਭਾਲ ਦਾ, ਦੇਖਭਾਲ ਦਾ ਸਾਰਾ ਜਿਹੜਾ ਖਰਚਾ ਹੈ ਉਹ ਇਸੇ ਟਰੱਸਟ ਦੇ ਵੱਲੋਂ ਚੁੱਕਿਆ ਜਾਂਦਾ ਹੈ। ਮਿਆਰੀ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ, ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਨੇ ਅਤੇ ਬਹੁਤ ਸਾਰੀਆਂ ਬੱਚੀਆਂ ਇਸ ਚੈਰੀਟੇਬਲ ਟਰੱਸਟ ਦੇ ਜ਼ਰੀਏ ਪੜ੍ਹ ਕੇ ਉਚੇਰੀ ਸਿੱਖਿਆ ਹਾਸਲ ਕਰਕੇ ਉੱਚੇ ਉੱਚੇ ਵੱਡੇ ਵੱਡੇ ਅਹੁਦਿਆਂ ਦੇ ਉੱਪਰ ਵੀ ਬਿਰਾਜਮਾਨ ਹੋ ਚੁੱਕੀਆਂ ਨੇ। ਬਹੁਤ ਸਾਰੀਆਂ ਬੱਚੀਆਂ ਦੇ ਵੱਲੋਂ ਵਿਦੇਸ਼ਾਂ ਦੇ ਵਿੱਚ ਵੀ ਪੜ੍ਹਨ ਦੇ ਲਈ ਜਾਇਆ ਗਿਆ ਹੈ। ਬਹੁਤ ਸਾਰੀਆਂ ਬੱਚੀਆਂ ਜਿਹੜੀਆਂ ਨੇ ਹੋਰ ਵੀ ਬਹੁਤ ਸਾਰੇ ਕੰਮਾਂ ਦੇ ਵਿੱਚ, ਖੇਡਾਂ ਦੇ ਵਿੱਚ ਮਹਾਰਤ ਹਾਸਲ ਕਰ ਚੁੱਕੀਆਂ ਨੇ। ਸੋ ਬੀਬੀ ਸੰਦੀਪ ਕੌਰ ਖਾਲਸਾ ਹੋਰਾਂ ਦੇ ਵੱਲੋਂ ਇਹ ਚੈਰੀਟੇਬਲ ਟਰੱਸਟ ਚਲਾਇਆ ਜਾਂਦਾ ਅਤੇ ਇਸ ਚੈਰੀਟੇਬਲ ਟਰੱਸਟ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਜਿਹੜੀਆਂ ਕਾਰਵਾਈਆਂ ਨੇ ਉਹਨਾਂ ਦੇ ਵੱਲੋਂ ਕੀਤੀਆਂ ਜਾਂਦੀਆਂ ਨੇ, ਜਿਸ ਦੇ ਨਾਲ ਇਹਨਾਂ ਬੇਘਰ ਹੋਈਆਂ ਬੱਚੀਆਂ ਦੇ ਜੀਵਨ ਦੇ ਵਿੱਚ ਇੱਕ ਨਵੀਂ ਆਸ, ਕਾਮਨਾ ਅਤੇ ਉਮੀਦ ਜਾ ਸਕੇ ਅਤੇ ਆਪਣੇ ਆਉਣ ਵਾਲੇ ਭਵਿੱਖ ਦੇ ਵਿੱਚ ਉਹਨਾਂ ਦੇ ਵੱਲੋਂ ਸੁਹਿਰਦਤਾ ਦੇ ਨਾਲ ਇਸ ਜੀਵਨ ਨੂੰ ਕੱਢਿਆ ਜਾਵੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਣੇ ਜੀਵਨ ਦੀਆਂ ਪਲਾਂਘਾਂ ਚੰਗੀਆਂ, ਸੁਚੱਜੀਆਂ ਅਤੇ ਸੁਹਿਰਦ ਢੰਗ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਪੱਟੀਆਂ ਜਾਣ। ਸੋ ਬੀਬੀ ਸੰਦੀਪ ਕੌਰ ਖਾਲਸਾ ਹੋਰਾਂ ਦੇ ਨਾਲ ਗੱਲਬਾਤ ਕਰਾਂਗੇ, ਜਾਣਾਂਗੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਇਹ ਚੈਰੀਟੇਬਲ ਟਰੱਸਟ ਚਲਾਇਆ ਜਾਂਦਾ ਅਤੇ ਕੀ ਕੁਝ ਉਹਨਾਂ ਦੇ ਵੱਲੋਂ ਇਹਨਾਂ ਕਾਰਵਾਈਆਂ ਦੇ ਵਿੱਚ ਕੀਤਾ ਜਾਂਦਾ। ਸੋ ਆਓ ਤੁਹਾਨੂੰ ਲੈ ਚੱਲਦੇ ਹਾਂ ਬੀਬੀ ਸੰਦੀਪ ਕੌਰ ਖਾਲਸਾ ਹੋਰਾਂ ਦੇ ਵੱਲ। ਸੋ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਦੇ ਵਿੱਚ ਜਿਵੇਂ ਕਿ ਅਸੀਂ ਪਹੁੰਚੇ ਹੋਏ ਹਾਂ ਅਤੇ ਬੀਬੀ ਸੰਦੀਪ ਖਾਲਸਾ ਹੋਰਾਂ ਦੇ ਵੱਲੋਂ ਇਹ ਸਾਰਾ ਟਰੱਸਟ ਚਲਾਇਆ ਜਾਂਦਾ ਹੈ, ਇਸ ਤਰੀਕੇ ਦੇ ਨਾਲ ਇਹ ਸਾਰੀਆਂ ਕਾਰਵਾਈਆਂ ਉਹਨਾਂ ਦੇ ਵੱਲੋਂ ਕੀਤੀਆਂ ਜਾਂਦੀਆਂ ਨੇ। 200 ਦੇ ਕਰੀਬ ਜਿਹੜੀਆਂ ਬੱਚੀਆਂ ਇਸ ਟਰੱਸਟ ਦੇ ਵਿੱਚੋਂ ਪੜ੍ਹਦੀਆਂ ਨੇ ਉਹਨਾਂ ਦੀ ਦੇਖਭਾਲ ਕੀਤੀ ਜਾਂਦੀ ਹੈ, ਸਾਂਭ ਸੰਭਾਲ ਕੀਤੀ ਜਾਂਦੀ ਹੈ। ਸਾਰੀ ਗੱਲਬਾਤ ਕਰਾਂਗੇ, ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਜੀ, ਜਿਵੇਂ ਇਸ ਟਰੱਸਟ ਦੇ ਵਿੱਚ ਅਸੀਂ ਜਾਣਕਾਰੀਆਂ ਦੇ ਰਹੇ ਹਾਂ ਦਰਸ਼ਕਾਂ ਨੂੰ ਕਿ ਇਸ ਵਕਤ 200 ਦੇ ਕਰੀਬ ਬੱਚੀਆਂ ਜਿਹੜੀਆਂ ਨੇ ਉਹਨਾਂ ਦੀ ਦੇਖਭਾਲ ਵੀ ਤੁਸੀਂ ਕਰਦੇ ਹੋ, ਪੜ੍ਹਾਈ ਲਿਖਾਈ ਦਾ ਸਾਰਾ ਖਰਚਾ ਤੁਹਾਡੇ ਵੱਲੋਂ ਕੀਤਾ ਜਾਂਦਾ ਹੈ, ਇਹ ਸਾਰੀਆਂ ਸਥਿਤੀਆਂ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਵਿੱਚ ਉਹ ਬੱਚੀਆਂ ਪੜ੍ਹ ਰਹੀਆਂ ਨੇ ਜਿਨ੍ਹਾਂ ਦੇ ਮਾਤਾ ਪਿਤਾ ਦੀ ਡੈਥ ਹੋ ਚੁੱਕੀ ਆ, ਜਾਂ ਕੁਝ ਬੱਚੀਆਂ ਜਿਹੜੀਆਂ ਭਰੂਣ ਹੱਤਿਆ ਤੋਂ ਬਚਾਈਆਂ ਗਈਆਂ ਨੇ, ਜਿਹੜੀਆਂ ਇੱਕ ਇੱਕ ਦੋ ਦੋ ਦਿਨ ਦੀਆਂ ਮਾਪਿਆਂ ਨੇ ਪੈਦਾ ਹੁੰਦਿਆਂ ਸਾਰ ਹੀ ਉਹਨਾਂ ਨੂੰ ਹੋਸਪਿਟਲਾਂ ਦੇ ਵਿੱਚ ਜਾਂ ਨਰਸ ਨੂੰ ਜਾਂ ਡਾਕਟਰ ਨੂੰ ਜਾਂ ਰਿਸ਼ਤੇਦਾਰਾਂ ਨੂੰ ਕਹਿਤਾ ਕਿ ਸਾਨੂੰ ਲੜਕੇ ਦੀ ਲੋੜ ਆ, ਸਾਨੂੰ ਲੜਕੀ ਦੀ ਲੋੜ ਨਹੀਂ ਹੈਗੀ। ਤਾਂ ਉਹ ਜਿਹੜੀਆਂ ਬੱਚੀਆਂ ਨੇ, ਕੋਈ 10 ਸਾਲ ਦੀ ਹੋ ਗਈ ਆ, ਕੋਈ 5 ਸਾਲ ਦੀ ਹੈ, ਕੋਈ 7 ਸਾਲ ਦੀ ਹੈ, ਕਾਫੀ ਸਾਰੀਆਂ ਉਹ ਜਿਹੜੀਆਂ ਭਰੂਣ ਹੱਤਿਆ ਤੋਂ ਬਚਾਈਆਂ ਹੋਈਆਂ ਬੱਚੀਆਂ ਨੇਗੀਆਂ,
ਉਹ ਜਿਹੜੀਆਂ ਨੇ ਇੱਥੇ ਟਰੱਸਟ ਵਿੱਚ ਰਹਿ ਕੇ ਪੜ੍ਹ ਰਹੀਆਂ ਨੇ। ਬੀਬੀ ਜੀ, ਜਿਵੇਂ ਗੱਲ ਇਹ ਹੁੰਦੀ ਹੈ ਕਿ ਟਰੱਸਟ ਦੇ ਵਿੱਚ ਬੱਚੀਆਂ ਜਿਹੜੀਆਂ ਹਾਇਰ ਐਜੂਕੇਸ਼ਨ ਪ੍ਰਾਪਤ ਕਰਕੇ ਵਿਦੇਸ਼ਾਂ ਦੇ ਵਿੱਚ ਗਈਆਂ ਨੇ, ਉਹਨਾਂ ਦੇ ਬਾਰੇ ਵੀ ਅਸੀਂ ਜਾਣਕਾਰੀ ਚਾਹੁੰਦੇ ਹਾਂ, ਅਤੇ ਇੱਥੇ ਬਹੁਤ ਸਾਰੀਆਂ ਬੱਚੀਆਂ ਜਿਹਨਾਂ ਦੇ ਵੱਲੋਂ LLB ਕਰ ਲਈ ਗਈ ਹੈ, ਜਿਹੜੀ ਇੱਕ ਭੈਣ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਵਿਆਹ ਵੀ ਰੱਖਿਆ ਗਿਆ ਹੈ, ਉਹਦੇ ਬਾਰੇ ਵੀ ਜਾਣਕਾਰੀ ਜ਼ਰੂਰ ਦਿਓ। ਇਸ ਸੰਸਥਾ ਦੀਆਂ ਬਹੁਤ ਸਾਰੀਆਂ ਬੱਚੀਆਂ ਜਿਹੜੀਆਂ ਨੇਗੀਆਂ ਉਹ BSc ਨਰਸਿੰਗ, ਜਨਰਲ ਨਰਸਿੰਗ ਕਰਨ ਤੋਂ ਬਾਅਦ NRI ਲੜਕਿਆਂ ਦੇ ਨਾਲ ਆਫਟਰ ਮੈਰਿਜ ਜਿਹੜੀਆਂ ਨੇਗੀਆਂ ਅਮੈਰੀਕਾ, ਕਨੇਡਾ, ਇਟਲੀ, UK, ਆਸਟ੍ਰੇਲੀਆ ਦੇ ਵਿੱਚ ਗਈਆਂ ਨੇ। ਇਸ ਤੋਂ ਇਲਾਵਾ ਬਹੁਤ ਸਾਰੀਆਂ ਬੱਚੀਆਂ ਜਿਹੜੀਆਂ ਸਟੱਡੀ ਬੇਸ 'ਤੇ ਵੀ ਅਲੱਗ ਅਲੱਗ ਕੰਟਰੀਆਂ ਦੇ ਵਿੱਚ ਗਈਆਂ ਨੇਗੀਆਂ। ਔਰ ਮੇਰੀਆਂ ਬੱਚੀਆਂ ਜਿਹੜੀਆਂ, ਜਿਵੇਂ ਆਪਾਂ ਅੱਜ ਦੀ ਗੱਲ ਕਰੀਏ, ਹੁਣ ਇਸ ਸਾਲ ਦੀ ਗੱਲ ਕਰੀਏ, ਤਾਂ ਮੇਰੀਆਂ 2 ਬੱਚੀਆਂ ਜਿਹੜੀਆਂ ਨੇ ਉਹ MBBS ਵੀ ਕਰ ਰਹੀਆਂ ਨੇਗੀਆਂ, 9 ਬੱਚੀਆਂ ਜਿਹੜੀਆਂ ਨੇ ਉਹ BSc ਨਰਸਿੰਗ ਕਰਦੀਆਂ ਪਈਆਂ ਨੇਗੀਆਂ, ਕੁਝ ਬੱਚੀਆਂ ਲਾ ਕਰਦੀਆਂ ਪਈਆਂ ਨੇ, ਕੁਝ ਬੱਚੀਆਂ BEd MEd ਕਰਦੀਆਂ ਪਈਆਂ ਨੇਗੀਆਂ। ਮਤਲਬ ਹਰ ਇੱਕ ਤਰ੍ਹਾਂ ਦੀ ਜਿਹੜੀ ਡਿਗਰੀ ਹੈਗੀ ਆ, ਜਿਸ ਤਰ੍ਹਾਂ ਬੱਚੀਆਂ ਚਾਹੁੰਦੀਆਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਸਟੱਡੀ ਕਰਨਾ, ਬੱਚੀਆਂ ਨੂੰ ਪੂਰੀ ਖੁੱਲ੍ਹ ਹੈਗੀ ਆ ਕਿ ਉਹ ਜਿਹੜੀ ਮਰਜ਼ੀ ਸਟੱਡੀ ਜਿਹੜੀ ਹੈਗੀ ਆ ਉਹ ਕਰ ਸਕਦੀਆਂ ਨੇ। ਬੀਬੀ ਜੀ, ਜਿਵੇਂ ਇਸ ਟਰੱਸਟ ਦੇ ਵਿੱਚ ਤੁਸੀਂ ਦੱਸ ਰਹੇ ਹੋ ਕਿ ਬੱਚੀਆਂ ਹਾਇਰ ਐਜੂਕੇਸ਼ਨ ਪ੍ਰਾਪਤ ਕਰ ਰਹੀਆਂ ਨੇ, ਜਿਹੜੀ ਭੈਣ ਦਾ ਵਿਆਹ ਹੈ ਉਹਨਾਂ ਦੇ ਨਾਮ ਦੇ ਬਾਰੇ, ਉਹਨਾਂ ਦੇ ਪਿਛੋਕੜ ਦੇ ਬਾਰੇ, ਜਿਵੇਂ ਕਿ ਹਰੇਕ ਲੜਕੀ ਨੂੰ ਘਰ ਦੇ ਵਿੱਚ ਤਾਂ ਰੱਖਿਆ ਨਹੀਂ ਜਾਂਦਾ, ਆਪਣੇ ਆਮ ਘਰਾਂ ਦੇ ਵਿੱਚ ਗੱਲ ਹੁੰਦੀ ਹੈ, ਤੁਹਾਡੇ ਵੱਲੋਂ ਵੀ ਇਹ ਸਾਰੇ ਆਨੰਦ ਕਾਰਜ ਰੂਪ ਦੇ ਵਿੱਚ ਉਹਨਾਂ ਨੂੰ ਵਿਦਾ ਕੀਤਾ ਜਾਂਦਾ ਹੈ, ਉਹਨਾਂ ਦੇ ਬਾਰੇ ਜਾਣਕਾਰੀ ਦਿਓ ਕਿ ਉਹਨਾਂ ਦਾ ਨਾਮ ਹੈ ਅਤੇ ਕਿਸ ਤਰੀਕੇ ਦੇ ਨਾਲ ਇਹ ਮੈਰਿਜ ਜਿਹੜੀ ਹੈ, ਇਹ ਵਿਆਹ ਜਿਹੜਾ ਤੁਹਾਡੇ ਵੱਲੋਂ ਸੰਪੰਨ ਕੀਤਾ ਜਾਂਦਾ। ਜਿਹੜੀ ਬੱਚੀ ਦਾ 14 ਅਕਤੂਬਰ ਨੂੰ ਜਿਹੜਾ ਹੈਗਾ ਉਹ ਆਨੰਦ ਕਾਰਜ ਹੈਗਾ ਵਾ, ਕਰਮਜੀਤ ਕੌਰ ਆ ਉਹ ਐਡਵੋਕੇਟ ਹੈਗੀ ਆ ਬੱਚੀ, ਜਿਹਨੇ LLB ਜਿਹੜੀ ਹੈਗੀ ਆ ਉਹ ਖਾਲਸਾ ਕਾਲਜ ਤੋਂ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਵਿੱਚ ਰਹਿ ਕੇ ਹੀ ਕੀਤੀ ਹੈਗੀ ਆ। ਔਰ ਬੱਚੀ ਦੇ ਜਿਹੜੇ ਮਾਤਾ ਪਿਤਾ ਨੇਗੇ ਉਹ ਦੋਨੇ ਹੀ ਮੌਕੇ ਦੀ ਹਕੂਮਤ ਨੇ 1993 ਦੇ ਵਿੱਚ ਜਿਹੜੇ ਉਹ ਸ਼ਹੀਦ ਕਰ ਦਿੱਤੇ ਸੀ। ਇਸ ਤੋਂ ਇਲਾਵਾ ਉਹਦੇ ਦਾਦਾ ਜੀ ਰਘਬੀਰ ਸਿੰਘ, ਉਹਨਾਂ ਨੂੰ ਵੀ ਘਰੋਂ ਚੱਕ ਕੇ ਅਤੇ ਬੇਕਸੂਰ ਹੋਣ ਦੇ ਬਾਵਜੂਦ ਉਹਨਾਂ ਨੂੰ ਵੀ ਜਿਹੜਾ ਹੈਗਾ ਵਾ ਮੌਕੇ ਦੀ ਹਕੂਮਤ ਨੇ ਜਿਹੜਾ ਸ਼ਹੀਦ ਕਰ ਦਿੱਤਾ ਸੀਗਾ। ਜਿਵੇਂ ਬੀਬੀ ਜੀ ਅਸੀਂ ਉੱਪਰ ਬੱਚੀਆਂ ਦੇ ਨਾਲ ਗੱਲਬਾਤ ਕਰ ਰਹੇ ਸੀ, ਉਹਨਾਂ ਦੇ ਮਨ ਦੇ ਵਿੱਚ ਬਦਲਦੇ ਨੇ, ਇੱਕ ਭੈਣ ਨੇ ਬਹੁਤ ਸਾਰਾ ਸੁਨੇਹਾ ਵੀ ਦਿੱਤਾ ਦਰਸ਼ਕਾਂ ਨੂੰ ਵੀ, ਸਾਨੂੰ ਵੀ ਬੜਾ ਸੁਣਨ ਨੂੰ ਚੰਗਾ ਲੱਗਾ, ਉਹ ਕਹਿੰਦੀ ਕਿ ਅਸੀਂ ਇੰਡੀਆ ਦੇ ਵਿੱਚ ਰਹਿ ਕੇ, ਪੰਜਾਬ ਦੇ ਵਿੱਚ ਰਹਿ ਕੇ ਸੇਵਾਵਾਂ ਜਿਹੜੀਆਂ ਆਪਣੀਆਂ ਦੇਵਾਂਗੇ। ਇਸ ਨੂੰ ਲੈ ਕੇ ਤੁਹਾਡੀ ਖਾਸ ਕੋਈ ਤਵੱਜੋ ਰਹਿੰਦੀ ਹੈ ਕਿ ਬੱਚੀਆਂ ਦੇ ਨਾਲ ਇਸ ਤਰੀਕੇ ਗੱਲਬਾਤ ਕੀਤੀ ਜਾਵੇ ਕਿ ਪੰਜਾਬ ਦੇ ਵਿੱਚ ਬਹੁਤ ਲੋੜ ਹੈ, ਨੌਜਵਾਨ ਪੀੜ੍ਹੀ ਜਿਹੜੀ ਆ ਉਹ ਬਾਹਰ ਨੂੰ ਜਾਂਦੀ ਹੈ, ਇੱਥੇ ਰਹਿ ਕੇ ਵੀ ਕਾਰਵਾਈਆਂ ਜਾਂ ਇੱਥੇ ਰਹਿ ਕੇ ਵੀ ਸੇਵਾਵਾਂ ਆਪਣੀਆਂ ਪ੍ਰਦਾਨ ਕੀਤੀਆਂ ਜਾ ਸਕਦੀਆਂ? ਬਿਲਕੁਲ, ਮੈਂ ਖੁਦ ਵੀ 1996-97 ਦੇ ਵਿੱਚ ਜਦੋਂ ਮੈਨੂੰ ਬਹੁਤ ਸਾਰੇ ਜਿਹੜੇ ਸਾਡੇ ਸਾਥੀ ਵੀਰ ਅਮੈਰੀਕਾ, ਕਨੇਡਾ, ਜਰਮਨ ਦੇ ਵਿੱਚ ਸੀਗੇ, ਉਹਨਾਂ ਨੇ ਬਹੁਤ ਜ਼ਿਆਦਾ ਜ਼ੋਰ ਪਾਇਆ ਸੀ ਕਿ ਭੈਣ ਜੀ ਤੁਸੀਂ ਹੁਣ ਇੱਥੇ ਅਸੀਂ ਪ੍ਰਬੰਧ ਕਰ ਦਿੰਦੇ ਹੈਗੇ ਹਾਂ ਅਤੇ ਤੁਸੀਂ ਵਿਦੇਸ਼ ਦੀ ਧਰਤੀ 'ਤੇ ਆ ਜਾਓ, ਤਾਂ ਮੈਂ ਉਸ ਟਾਈਮ ਵੀ ਪੰਜਾਬ ਦੀ ਧਰਤੀ, ਬਾਬੇ ਨਾਨਕ ਦੀ ਧਰਤੀ ਦੀ ਜਿਹੜੀ ਹੈਗੀ ਉਹ ਚੋਣ ਕੀਤੀ ਸੀ ਕਿ ਮੈਂ ਸੇਵਾ ਕਰਨੀ ਆ ਅਤੇ ਬਾਬੇ ਨਾਨਕ ਦੀ ਧਰਤੀ, ਗੁਰੂਆਂ ਦੀ ਧਰਤੀ 'ਤੇ ਰਹਿ ਕੇ ਸੇਵਾ ਕਰਨੀ ਆ, ਅਤੇ ਨੈਚੁਰਲੀ ਆ ਕਿ ਮੈਂ ਆਪਣੇ ਬੱਚਿਆਂ ਨੂੰ ਵੀ ਇਹੀ ਸਿਖਾਵਾਂਗੀ। ਮੇਰੇ ਬੇਟੇ ਨੇ ਵੀ IELTS ਕੀਤੀ, ਜਦੋਂ ਉਹਨੇ +2 ਕੀਤੀ ਤਾਂ ਬੜਾ ਉਹਦੇ ਮਨ ਵਿੱਚ ਇਸ ਗੱਲ ਦਾ ਸੀਗਾ, ਬੜਾ ਜ਼ੋਰ ਫੜਿਆ ਉਹਦੇ ਮਨ ਦੇ ਬਲਬਲਿਆਂ ਨੇ ਕਿ ਮੈਂ ਕਨੇਡਾ ਦੇ ਵਿੱਚ ਜਾਣਾ, ਮੈਂ ਉੱਥੇ ਸਟੱਡੀ ਕਰਨੀ ਆ, ਜੇ ਆ ਵੋ ਆ, ਪਰ ਮੈਂ ਆਪਣੇ ਬੱਚੇ ਨੂੰ ਵੀ, ਬੱਚੇ ਦੇ ਰਿਹਾਇਸ਼ ਦੀ ਜਿਹੜੀ ਚੋਣ ਹੈ ਉਹ ਵੀ ਪੰਜਾਬ ਦੀ ਧਰਤੀ ਜਿਹੜੀ ਹੈਗੀ ਆ ਬਾਬੇ ਨਾਨਕ ਦੀ ਧਰਤੀ ਦੀ ਕੀਤੀ, ਅਤੇ ਨੈਚੁਰਲੀ ਆ ਕਿ ਮੇਰੀਆਂ ਜਿਹੜੀਆਂ ਬੱਚੀਆਂ ਨੇਗੀਆਂ ਉਹਨਾਂ ਨੂੰ ਵੀ ਮੇਰੀ ਕੋਸ਼ਿਸ਼ ਇਹੀ ਹੁੰਦੀ ਆ, ਜਦਕਿ ਜਦੋਂ ਕੋਈ ਮਾਹੌਲ ਚੱਲਦਾ ਹੈ
ਹੈਗਾ ਤੇ ਬਹੁਤ ਸਾਰੇ ਲੋਕ ਉਸ ਭੀੜ ਚਾਲ ਵਿੱਚ ਉਸ ਮਾਹੌਲ ਦੇ ਵਿੱਚ ਵਹਿ ਜਾਂਦੇ ਨੇਗੇ, ਪਰ ਹੁਣ ਹੌਲੀ ਹੌਲੀ ਜਿਹੜੀਆਂ ਬੱਚੀਆਂ ਨੇਗੀਆਂ ਉਹਨਾਂ ਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ, ਬਲਕਿ ਆਮ ਲੋਕਾਂ ਨੂੰ ਵੀ ਪਤਾ ਲੱਗਣਾ ਸ਼ੁਰੂ ਹੋ ਗਿਆ ਹੈ ਕਿ ਜਿਹੜੀ ਸਾਡੀ ਪੰਜਾਬ ਦੀ ਧਰਤੀ ਹੈਗੀ ਆ ਬਹੁਤ ਖੁਸ਼ਹਾਲ ਹੈਗੀ ਆ, ਇੱਥੋਂ ਦੀ ਜ਼ਮੀਨ, ਇੱਥੋਂ ਦਾ ਪਾਣੀ, ਇੱਥੋਂ ਦਾ ਵਾਤਾਵਰਨ, ਇੱਥੋਂ ਦੇ ਮੌਸਮ ਜਿਹੜੇ ਹੈਗੇ ਆ, ਇੱਥੇ ਕਈ ਤਰ੍ਹਾਂ ਦੇ ਜਿਹੜੇ ਮੌਸਮ ਹੈਗੇ ਆ, ਬਰਸਾਤੀ ਮੌਸਮ ਹੈਗਾ ਵਾ, ਸਰਦੀ ਗਰਮੀ ਬਸੰਤ ਰੁੱਤ, ਬਹੁਤ ਕੁਛ ਵਧੀਆ ਰੁੱਤਾਂ ਨੇਗੀਆਂ, ਵਧੀਆ ਮੌਸਮ ਹੈਗਾ ਵਾ। ਇੱਥੇ ਇਹ ਨਹੀਂ ਕਿ ਜੇ ਠੰਡ ਪੈਂਦੀ ਹੈ ਤੇ ਬਰਫ਼ ਹੀ ਪੈਣ ਲੱਗ ਜਾਂਦੀ ਹੈ, ਜੇ ਗਰਮੀ ਪੈਂਦੀ ਹੈ ਤੇ ਤੁਸੀਂ ਤੁਹਾਡੇ ਕੰਮ ਧੰਦੇ ਬੰਦ ਹੋ ਜਾਂਦੇ ਆ, ਨਹੀਂ ਇੱਥੇ ਹਰ ਇੱਕ ਮੌਸਮ ਜਿਹੜਾ ਹੈਗਾ ਉਹ ਇੰਜੋਏ ਕਰਨ ਵਾਲਾ ਹੁੰਦਾ ਤੇ ਬਹੁਤ ਵਧੀਆ ਮੌਸਮ ਹੁੰਦਾ ਹੈ। ਤੇ ਮੈਂ ਆਪਣੀ ਬੱਚੀਆਂ ਨੂੰ ਵੀ ਇਸ ਲਈ ਪ੍ਰੇਰਿਤ ਕਰਦੀ ਹੈਗੀ ਆ, ਤੇ ਬਾਕੀ ਵੀ ਹੁਣ ਜਿਸ ਤਰ੍ਹਾਂ ਦਾ ਲੋਕਾਂ ਨੂੰ ਬਹੁਤ ਜ਼ਿਆਦਾ ਇਹ ਸਮਝ ਆ ਚੁੱਕੀ ਹੈਗੀ ਆ ਕਿ ਆਪਾਂ ਆਪਣੀ ਧਰਤੀ, ਆਪਣਾ ਇੱਕ ਵਡਮੁੱਲਾ ਜਿਹੜਾ ਪਾਣੀ ਅੰਮ੍ਰਿਤ ਵਰਗਾ ਸਾਡਾ ਇੱਥੋਂ ਦੀ ਪੰਜਾਬ ਦੀ ਧਰਤੀ ਦਾ ਪਾਣੀ ਹੈਗਾ ਵਾ, ਅਸੀਂ ਇਸ ਨੂੰ ਹੋਰ ਲੋਕਾਂ ਦੇ ਬਈਆਂ ਦੇ ਹਵਾਲੇ ਕਰਕੇ ਤੇ ਅਸੀਂ ਆਪਣੀ ਧਰਤੀ ਛੱਡ ਰਹੇ ਹਾਂ, ਪਰ ਗੁਰਾਂ ਦੀ ਧਰਤੀ ਛੱਡ ਕੇ ਸਿੱਖ ਕਿਤੇ ਵੀ ਰਹੇ ਉਹਦਾ ਦਿਲ ਜਿਹੜਾ ਹੈਗਾ ਵਾ ਉਹ ਦਰਬਾਰ ਸਾਹਿਬ ਵਿੱਚ ਹੀ ਰਹੇਗਾ। ਤੇ ਬਹੁਤ ਸਾਰਾ ਹੁਣ ਮੋੜਾ ਪੈ ਰਿਹਾ ਹੈ ਤੇ ਮੇਰੀਆਂ ਬੱਚੀਆਂ ਦੇ ਮਨ ਵਿੱਚ ਵੀ ਜੋ ਸਮੇਂ ਦੇ ਨਾਲ ਚੱਲ ਰਿਹਾ ਉਹ ਵੀ ਚਾਹੁੰਦੀਆਂ ਨੇ ਕਿ ਅਸੀਂ ਪੰਜਾਬ ਦੀ ਧਰਤੀ ਤੇ ਰਹਿ ਕੇ ਹੀ ਆਪਣਾ ਜਿਹੜਾ ਜੀਵਨ ਉਹ ਬਸਰ ਕਰੀਏ। ਬੀਬੀ ਜੀ, ਜਿਵੇਂ ਇਹ ਸਾਰੀ ਕਾਰਗੁਜ਼ਾਰੀ ਤੁਹਾਡੇ ਵੱਲੋਂ ਕੀਤੀ ਜਾਂਦੀ ਹੈ, ਹਰੇਕ ਕੰਮ ਦੇ ਵਿੱਚ ਦਿੱਕਤਾਂ, ਪਰੇਸ਼ਾਨੀਆਂ, ਮੁਸ਼ਕਲਾਂ ਟਲਾਉਂਦੀਆਂ ਨੇ, ਤੁਹਾਨੂੰ ਸ਼ਾਮ ਦੇ ਸਮੇਂ ਜਦੋਂ ਆਪਾਂ ਸਾਰੇ ਆਪਣੇ ਦਿਨ ਚਰਿਆ ਨੂੰ ਖਤਮ ਕਰ ਲੈਂਦੇ ਹਾਂ, ਉਸ ਸਮੇਂ ਤੁਹਾਡਾ ਚੈਨ ਜਿਹੜਾ ਬਰਕਰਾਰ ਰਹਿੰਦਾ ਹੈ ਜਾਂ ਪ੍ਰਸੁੱਤਾ ਜਿਹੜੀ ਹੈ ਬੱਚਿਆਂ ਦੇ ਵਿੱਚ ਹੀ ਰਹਿੰਦੀ ਹੈ ਕਿ ਆਹ ਕੰਮ ਕਰਨ ਵਾਲਾ ਜਾਂ ਪਰ ਉਹਨਾਂ ਦੇ ਲਈ ਆਹ ਚੀਜ਼ਾਂ ਜਿਹੜੀਆਂ ਨੇ ਹੀਲਿੰਗ ਸੀ ਲਈ ਆਹ ਕਰਨ ਵਾਲੇ? ਬਿਲਕੁਲ, ਮੈਂ ਇਸ ਪਰਿਵਾਰ ਦੀ ਮੁਖੀ ਹੋਣ ਦੇ ਨਾਤੇ ਜਿਵੇਂ ਕਿ ਹਰ ਇੱਕ ਮਾਂ ਨੂੰ ਆਪਣੇ ਬੱਚਿਆਂ ਦੀ ਫਿਕਰ ਰਹਿੰਦੀ ਹੈਗੀ ਆ, ਇਸੇ ਤਰ੍ਹਾਂ ਮੈਨੂੰ ਵੀ ਬਹੁਤ ਇਹਨਾਂ ਬੱਚਿਆਂ ਦੀ ਫਿਕਰ ਰਹਿੰਦੀ ਆ। ਜਿਵੇਂ ਕਿ ਹੁਣ ਬੱਚੀ ਕਰਮਜੀਤ ਕੌਰ ਦਾ ਆਨੰਦ ਕਾਰਜ ਹੈ ਤੇ ਮੈਨੂੰ ਇਹ ਬੱਚੀ ਜਦੋਂ ਕਈ ਸਾਲੋ ਸਾਲ ਮੇਰੇ ਨਾਲ ਰਹੀ ਹੈਗੀ ਆ, ਅਸੀਂ ਬਹੁਤ ਸਾਰੇ ਸਾਡੇ ਸੁੱਖ ਦੁੱਖ ਸਾਂਝੇ ਰਹੇ ਹੈਗੇ ਆ, ਬਹੁਤ ਸਾਰੇ ਇਹਦੇ ਵਿਆਹ ਦੇ ਸੁਪਨੇ ਵੀ ਸੀਗੇ। ਮੈਂ ਹਮੇਸ਼ਾ ਇਹਨੂੰ ਕਹਿੰਦੀ ਹੁੰਦੀ ਸੀ ਜਦੋਂ ਵੀ ਤੇਰਾ ਵਿਆਹ ਕਰਨਾ ਵਾ ਮੈਂ ਤੇਰੀ ਕੋਈ ਰੀਝ ਨਹੀਂ ਛੱਡਣੀ ਹੈਗੀ, ਪਰਮਾਤਮਾ ਕਰੇ ਉਦੋਂ ਮੈਨੂੰ ਕਿਸੇ ਪੱਖ ਤੋਂ ਕੋਈ ਕਮੀ ਨਾ ਆਵੇ ਕਿ ਮੈਂ ਤੇਰੀ ਹਰ ਇੱਕ ਰੀਝ ਜਿਹੜੀ ਉਹ ਪੂਰੀ ਕਰਾਂ। ਤੇ ਹੁਣ ਵੀ ਮੈਨੂੰ ਅਕਸਰ ਜਿਵੇਂ ਕਿ ਜਿਵੇਂ ਜਿਵੇਂ ਇਹਦਾ ਵਿਆਹ ਨੇੜੇ ਆ ਰਿਹਾ ਤੇ ਮੈਨੂੰ ਪੁੱਛਦੀ ਰਹਿੰਦੀ ਹਾਂ, ਬੇਟਾ ਜੋ ਵੀ ਤੇਰੇ ਮਨ ਵਿੱਚ ਹੈ, ਜਿਵੇਂ ਦਾ ਤੂੰ ਲੀੜਾ ਕੱਪੜਾ ਚਾਹੁੰਦੀ ਆ ਜਾਂ ਤੇਰੇ ਮਨ ਵਿੱਚ ਕੋਈ ਵੀ ਰੀਝ ਹੈਗੀ ਆ ਤੇ ਤੂੰ ਆਪਣੇ ਮਨ ਵਿੱਚ ਨਹੀਂ ਰੱਖਣੀ, ਤੂੰ ਮੈਨੂੰ ਦੱਸਣੀ ਹੈਗੀ ਆ ਕਿ ਤੇਰੇ ਮਨ ਵਿੱਚ ਕੀ ਰੀਝ ਹੈ। ਤੇ ਅਸੀਂ ਇਹਦੇ ਵਿਆਹ ਵਾਸਤੇ ਸ਼ੋਪਿੰਗ ਵੀ ਕਰ ਰਹੀਆਂ ਵਾਂ, ਦੋਨੇ ਮਾਵਾਂ ਧੀਆਂ ਜਾਂਦੀਆਂ ਵਾਂ ਜਾਂ ਕੁਝ ਬੱਚੀਆਂ ਹੋਰ ਸਾਡੇ ਨਾਲ ਜਾਂਦੀਆਂ ਜਦੋਂ ਅਸੀਂ ਸ਼ੋਪਿੰਗ ਕਰਦੇ ਹਾਂ। ਤੇ ਮੇਰੀ ਕੋਸ਼ਿਸ਼ ਪੂਰੀ ਆ ਕਿ ਐਜ਼ ਏ ਮਦਰ ਮੈਂ ਆਪਣੀ ਬੱਚੀ ਦੀ ਹਰ ਇੱਕ ਰੀਝ ਜਿਹੜੀ ਹੈਗੀ ਆ ਉਹ ਪੂਰੀ ਕਰਾਂ, ਔਰ ਇਸ ਦੇ ਨਾਲ ਨਾਲ ਜਿਹੜੀਆਂ ਸਾਡੀਆਂ ਟਰੱਸਟ ਦੀਆਂ ਬੱਚੀਆਂ ਨੇ, ਛੋਟੀਆਂ ਵੱਡੀਆਂ ਬੱਚੀਆਂ ਨੇ, ਉਹਨਾਂ ਦੇ ਮਨ ਵਿੱਚ ਵੀ ਬਹੁਤ ਚਾਅ ਹੈਗਾ ਕਿ ਅਸੀਂ ਐਵੇਂ ਦਾ ਸੂਟ ਪਾਉਣਾ, ਐਵੇਂ ਦਾ ਕਰਨਾ, ਐਵੇਂ ਦਾ ਕਰਨਾ ਹੈਗਾ ਵਾ। ਤੇ ਬਾਕੀ ਸਭ ਕੁਛ ਜਿਹੜੀਆਂ ਵੀ ਇਸ ਸੰਸਥਾ ਦੀਆਂ ਸੇਵਾਵਾਂ ਨੇ ਜਾਂ ਬੱਚਿਆਂ ਦੇ ਆਨੰਦ ਕਾਰਜ ਨੇ ਜਾਂ ਬੱਚਿਆਂ ਦੀ ਪੜ੍ਹਾਈ ਦੀਆਂ ਫੀਸਾਂ ਨੇ ਜਾਂ 200 ਦੇ ਕਰੀਬ ਜਿਹੜੀਆਂ ਬੱਚੀਆਂ ਨੇ ਉਹਨਾਂ ਦੀ ਡੇਲੀ ਨੀਡਸ ਜਿਹੜੀਆਂ ਹੈਗੀਆਂ ਨੇ ਕਿ ਜਿਵੇਂ ਰੋਟੀ ਪਾਣੀ ਤੋਂ ਲੈ ਕੇ ਟੁੱਥ ਬਰੱਸ਼ ਪੇਸਟ ਤੋਂ ਲੈ ਕੇ ਹਰ ਇੱਕ ਚੀਜ਼ ਜਿਹੜੀ ਆ ਉਹ ਸਭ ਕੁਛ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਚੱਲ ਰਹੀ ਆ। ਤੇ ਮੈਂ ਚਾਹੁੰਦੀ ਹਾਂ ਕਿ ਜਿਵੇਂ ਬੱਚਿਆਂ ਦੀਆਂ ਅਸੀਂ ਬੜੇ ਆਰਾਮ ਦੇ ਨਾਲ ਸਾਰੀ ਸੰਗਤਾਂ ਦੇ ਸਹਿਯੋਗ ਦੇ ਨਾਲ ਬੱਚਿਆਂ ਦੀਆਂ ਫੀਸਾਂ ਭਰ ਰਹੇ ਹਾਂ, ਕਿਉਂਕਿ ਜਿਹੜੇ ਪਹਿਲੇ 15 ਸਾਲ ਸੀ ਉਹ ਬਹੁਤ ਸਟਰਗਲ ਭਰੇ ਸੀ, ਉਹ ਬਹੁਤ ਮੁਸ਼ਕਲਾਂ ਭਰੇ ਸੀਗੇ ਕਿ ਮੈਂ ਦੱਸ ਨਹੀਂ ਸਕਦੀ ਕਿ ਕਿੰਨਾ ਮੁਸ਼ਕਲਾਂ ਚੋਂ ਨਿਕਲ ਕੇ ਅਸੀਂ ਹੁਣ ਉਸ ਪੜਾਅ ਤੇ ਪਹੁੰਚੇ ਹੈਗੇ ਹਾਂ ਕਿ ਆਪਣੀਆਂ ਲੋੜਾਂ ਦੇ ਨਾਲ ਨਾਲ ਮੈਂ
ਬੱਚਿਆਂ ਦੀਆਂ ਛੋਟੀਆਂ ਛੋਟੀਆਂ ਜਿਹੜੀਆਂ ਰੀਝਾਂ ਵਾ ਉਹ ਵੀ ਪੂਰੀਆਂ ਕਰਨ ਦੇ ਯੋਗ ਹੋਈਆਂ। ਪਰ ਇਹ ਸਭ ਕੁਛ ਤਾਂ ਹੀ ਆ ਕਿ ਇਹ ਸੰਗਤਾਂ ਦੇ ਆਸਰੇ ਆ, ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਹੀ ਆ ਕਿ ਮੈਂ ਇਹਨਾਂ ਬੱਚਿਆਂ ਦੀਆਂ ਛੋਟੀਆਂ ਛੋਟੀਆਂ ਰੀਝਾਂ ਜਿਹੜੀਆਂ ਨੇਗੀਆਂ ਉਹ ਪੂਰੀਆਂ ਕਰਨ ਦੇ ਯੋਗ ਆਪ ਸੰਗਤ ਨੇ ਮੈਨੂੰ ਬਣਾਇਆ ਹੈ। ਜਾਂਦੇ ਜਾਂਦੇ ਸਮਾਪਤੀ ਕਰਨ ਨੂੰ ਵਧਦੇ, ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ, ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਸੰਗਤਾਂ ਨੂੰ, ਕੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਤੁਹਾਡਾ ਸਭ ਸੁਨੇਹਾ? ਬਿਲਕੁਲ, ਮੈਂ ਸੁਨੇਹਾ ਤਾਂ ਕੀ ਦੇਣਾ ਹਾਂ, ਮੈਂ ਇਹੀ ਕਹਿਣਾ ਚਾਹੁੰਦੀ ਹਾਂ ਆਪਣੀ ਸੰਸਥਾ ਬਾਰੇ ਕਿ ਬਹੁਤ ਸਾਰੀਆਂ ਬੱਚੀਆਂ ਇੱਥੇ ਪੜ੍ਹ ਰਹੀਆਂ ਨੇ ਜਿਨ੍ਹਾਂ ਦੇ ਬਹੁਤ ਸਾਰੇ ਖਰਚੇ ਨੇਗੇ, ਬਹੁਤ ਸਾਰੀਆਂ ਬੱਚੀਆਂ ਵਿਆਹੁਣ ਯੋਗ ਵੀ ਨੇ ਜਿਨ੍ਹਾਂ ਦੇ ਆਨੰਦ ਕਾਰਜ ਵੀ ਕਰਨੇ ਨੇਗੇ, ਤਾਂ ਮੈਂ ਵਿਆਹ ਦੇ ਮਸਲੇ ਵਿੱਚ ਵੀ ਇਹੀ ਚਾਹੁੰਦੀ ਹਾਂ ਕਿ ਵੱਧ ਖਰਚੇ ਕਰਨ ਦੇ ਨਾਲੋਂ ਠੀਕ ਹੈ ਜਿਹੜੀਆਂ ਤੁਹਾਡੀਆਂ ਜ਼ਰੂਰਤਾਂ ਨੇਗੀਆਂ ਉਹਨਾਂ ਨੂੰ ਪੂਰਾ ਕੀਤਾ ਜਾਏ, ਸਿੰਪਲ ਅਤੇ ਸਾਦੇ ਤਰੀਕੇ ਨਾਲ ਵਿਆਹ ਕੀਤੇ ਜਾਣ। ਪਰ ਕਈ ਵਾਰੀ ਬੱਚੀਆਂ ਦੀਆਂ ਥੋੜ੍ਹੀਆਂ ਬਹੁਤੀਆਂ ਖਾਹਿਸ਼ਾਂ ਨੂੰ ਵੀ ਮੱਦੇਨਜ਼ਰ ਰੱਖਣਾ ਹੁੰਦਾ ਹੈਗਾ ਵਾ, ਅਤੇ ਮੈਂ ਚਾਹੁੰਦੀ ਹਾਂ ਕਿ ਜਿੰਨੇ ਵੀ ਸਿੰਪਲ ਸਾਦੇ ਆਪਾਂ ਆਨੰਦ ਕਾਰਜ ਕਰਾਂਗੇ ਉਨੇ ਹੀ ਆਪਾਂ ਸੁਖੀ ਰਹਾਂਗੇ। ਉਹੀ ਜਿਹੜੇ ਵਿਆਹ ਆਪਾਂ ਵਿਆਹਾਂ 'ਤੇ ਫਜ਼ੂਲ ਖਰਚੇ ਕਰਨ ਦੀ ਬਜਾਏ ਬੱਚਿਆਂ ਨੂੰ ਜ਼ਿੰਦਗੀ ਵਿੱਚ ਕਾਮਯਾਬ ਕਰਨ ਦੇ ਲਈ ਉਹਨਾਂ ਨੂੰ ਕੋਈ ਵਿਆਹ ਦੇ ਉੱਤੇ ਇਹੋ ਜਿਹਾ ਗਿਫਟ ਦਿਓ, ਜਿਵੇਂ ਕੋਈ ਕਾਰੋਬਾਰ ਖੋਲ੍ਹ ਕੇ ਦਿਓ ਜਾਂ ਕੋਈ ਐਵੇਂ ਦੀ ਚੀਜ਼ ਦਿਓ ਜਿਹੜਾ ਉਹਨਾਂ ਦੀ ਜ਼ਿੰਦਗੀ ਭਰ ਵਿੱਚ ਉਹ ਜਿਹੜਾ ਪੈਸਾ ਹੈ ਉਹ ਜ਼ਿੰਦਗੀ ਸਵਾਰਨ ਵਿੱਚ ਕੰਮ ਆ ਜਾਵੇ। ਕਈ ਵਾਰੀ ਆਪਾਂ ਵਿਆਹਾਂ 'ਤੇ ਲੋੜ ਤੋਂ ਵੱਧ ਇੰਨੇ ਕੁ ਜ਼ਿਆਦਾ ਖਰਚੇ ਕਰ ਲੈਂਦੇ ਹੈਗੇ ਹਾਂ ਕਿ ਆਪਾਂ ਉਮਰ ਭਰ ਦੇ ਲਈ ਇੱਕ ਜਿਹੜੀ ਇੱਕ ਦਿਨ ਦੀ ਖੁਸ਼ੀ ਦੇ ਪਿੱਛੇ ਆਪਾਂ ਉਮਰ ਭਰ ਦੀਆਂ ਟੈਨਸ਼ਨਾਂ ਉਹ ਕਰਜ਼ਾ ਚੁੱਕ ਚੁੱਕ ਕੇ ਆਪਾਂ ਵਿਆਹ ਕਰਕੇ ਤੇ ਆਪਾਂ ਉਮਰ ਭਰ ਦੀਆਂ ਜਿਹੜੀਆਂ ਟੈਨਸ਼ਨਾਂ ਖਰੀਦ ਲੈਂਦੇ ਹੈਗੀਆਂ। ਤੇ ਮੈਂ ਚਾਹੁੰਦੀ ਹਾਂ ਕਿ ਸਿੰਪਲ ਸਾਦੇ ਆਓ, ਰਲ ਮਿਲ ਕੇ ਆਪਾਂ ਵਿਆਹ ਕਰੀਏ ਤੇ ਖੁਸ਼ੀਆਂ ਮਾਣੀਏ। ਸੋ ਇਹ ਸਨ ਬੀਬੀ ਸੰਦੀਪ ਕੌਰ ਖਾਲਸਾ ਜੀ, ਜਿਹਨਾਂ ਦੇ ਵੱਲੋਂ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਚਲਾਇਆ ਜਾਂਦਾ ਹੈ, ਅਤੇ ਜਿਸ ਦੇ ਵਿੱਚ ਉਹਨਾਂ ਨੇ ਸਾਰੀਆਂ ਜਾਣਕਾਰੀਆਂ ਦਿੱਤੀਆਂ ਨੇ ਕਿ ਕਿਵੇਂ ਇਸ ਟਰੱਸਟ ਦੇ ਵਿੱਚ ਕਾਰਵਾਈਆਂ ਚੱਲਦੀਆਂ ਨੇ, ਬੱਚੀਆਂ ਪੜ੍ਹਦੀਆਂ ਨੇ, ਦੇਖਭਾਲ, ਸਾਂਭ ਸੰਭਾਲ, ਮਿਆਰੀ ਸਿੱਖਿਆ ਪ੍ਰਦਾਨ ਕਰਨ ਤੱਕ ਸਾਰੀਆਂ ਸੁੱਖ ਸਹੂਲਤਾਂ ਜਿਹੜੀਆਂ ਨੇ ਬੱਚਿਆਂ ਨੂੰ ਦਿੱਤੀਆਂ ਜਾਂਦੀਆਂ ਨੇ। ਮੈਂ ਇੱਥੇ ਖਾਸ ਤੌਰ ਦੇ ਉੱਪਰ ਆਪਣੇ ਦਰਸ਼ਕਾਂ ਨੂੰ ਅਪੀਲ ਕਰ ਦੇਣਾ ਚਾਹੁੰਦਾ ਕਿ ਸੇਵਾ ਕਰਨ ਦੇ ਬਹੁਤ ਸਾਰੇ ਢੰਗ ਤਰੀਕੇ ਨੇ, ਅਸੀਂ ਕਿਸੇ ਨੂੰ ਇਹ ਦੱਸਣ ਦੇ ਯੋਗ ਨਹੀਂ ਕਿ ਸੇਵਾ ਕਿਵੇਂ ਕਰਨੀ ਚਾਹੀਦੀ ਹੈ, ਪਰ ਉਹਨਾਂ ਚੀਜ਼ਾਂ ਨੂੰ ਸੋਚ ਵਿਚਾਰ ਕੇ ਜਿੱਥੇ ਲੋੜੀਂਦੀ ਸੇਵਾ ਦੀ ਲੋੜ ਹੈ ਉੱਥੇ ਸੇਵਾ ਕਰਨ ਦੇ ਢੰਗ ਤਰੀਕੇ ਲੱਭਣੇ ਚਾਹੀਦੇ ਨੇ। ਜਿਵੇਂ ਕਿ ਇਸ ਸੰਸਥਾ ਦੇ ਵਿੱਚ, ਇਸ ਟਰੱਸਟ ਦੇ ਵਿੱਚ 200 ਦੇ ਕਰੀਬ ਬੱਚੀਆਂ ਜਿਹੜੀਆਂ ਨੇ ਉਹ ਪੜ੍ਹਦੀਆਂ ਨੇ, ਉਹਨਾਂ ਦੇ ਆਉਣ ਵਾਲੇ ਖਰਚੇ, ਉਹਨਾਂ ਦੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਵਰਤੇ ਜਾਣ ਵਾਲੇ ਸਾਰੇ ਸੁੱਖ ਸਹੂਲਤ ਦੇ ਸੰਸਾਧਨ ਜਿਹੜੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਜੇਕਰ ਅਸੀਂ ਹੈਲਪ ਕਰ ਦਈਏ, ਮਦਦ ਕਰ ਦਈਏ, ਤਾਂ ਇਹ ਆਉਣ ਵਾਲੇ ਭਵਿੱਖ ਦੇ ਵਿੱਚ ਚੰਗੇ ਜਿਹੜੇ ਸਮਾਜ ਦੀ ਸਿਰਜਣਾ ਵੀ ਕਰ ਸਕਦੀਆਂ ਨੇ, ਅਤੇ ਇਹਨਾਂ ਦੇ ਵੱਲੋਂ ਮਿਆਰੀ ਸਿੱਖਿਆ ਹਾਸਲ ਕਰਕੇ ਚੰਗੇ ਮੁਕਾਮਾਂ ਦੇ ਉੱਪਰ ਵੀ ਪਹੁੰਚਿਆ ਜਾ ਸਕਦਾ ਹੈ। ਸੋ ਇਸ ਰਿਪੋਰਟ ਦੇ ਬਾਰੇ ਕੀ ਸੋਚਦੇ ਵਿਚਾਰਦੇ ਹੋ, ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰਤੀਕਰਮ ਤੇ ਟਿੱਪਣੀ ਜ਼ਰੂਰ ਕਰਨਾ। ਸੋ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਦੇ ਵਿੱਚ ਮੌਜੂਦ ਹਾਂ, ਅਤੇ ਇੱਥੇ ਬੱਚੀਆਂ ਦੀ ਦੇਖਭਾਲ, ਸਾਂਭ ਸੰਭਾਲ ਜਿੱਥੇ ਕੀਤੀ ਜਾਂਦੀ ਹੈ ਉੱਥੇ ਹੀ ਬੱਚੀਆਂ ਨੂੰ ਮਿਆਰੀ ਸਿੱਖਿਆ ਵੀ ਮੁਹੱਈਆ ਕਰਵਾਈ ਜਾਂਦੀ ਹੈ। ਬਹੁਤ ਸਾਰੀਆਂ ਭੈਣਾਂ ਮੇਰੇ ਨਾਲ ਮੌਜੂਦ ਨੇ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਮਨ ਦੇ ਵਲਵਲੇ ਇਹਨਾਂ ਦੇ ਕੀ ਨੇ, ਕਿੰਨਾ ਸਮਾਂ ਹੋ ਗਿਆ ਇਹਨਾਂ ਨੂੰ ਇੱਥੇ ਰਹਿੰਦਿਆਂ ਨੂੰ? ਭੈਣ ਕੀ ਨਾਮ ਆਪਣਾ? ਗੁਰਲੀਨ ਕੌਰ। ਤੁਹਾਨੂੰ ਕਿੰਨਾ ਸਮਾਂ ਹੋ ਗਿਆ? ਮੈਨੂੰ 8 ਸਾਲ ਹੋ ਗਏ। ਕੀ ਸਟੱਡੀ ਕਰਦੇ ਹੋ? ਮੈਂ BCA ਕੰਪਲੀਟ ਕਰਕੇ ਹਟੀ ਹਾਂ ਅਤੇ ਹੁਣ ਮੇਰਾ ਫਸਟ ਈਅਰ ਹੈ MCA ਕਰ ਰਹੀ ਹਾਂ ਆਪਣੀ ਯੂਨੀਵਰਸਿਟੀ ਤੋਂ। ਜੀ, ਗਾਂਧੀ ਕੀ ਮਨ ਦੇ ਵਿੱਚ ਕੀ ਹੈ? ਇੱਕ ਸੁਪਨਾ ਹੁੰਦਾ ਹੈ ਕਿ ਹਰੇਕ ਦਾ ਕਿ ਪੜ੍ਹੀਏ, ਆਹ ਮੁਕਾਮ ਦੇ ਉੱਪਰ ਪਹੁੰਚਣਾ ਹੈ, ਮਨ ਦੇ ਵਿੱਚ ਕੀ ਵਲਵਲੇ ਨੇ? ਮੇਰਾ ਨਾਮ ਜਸ਼ਨਪ੍ਰੀਤ ਕੌਰ ਹੈ ਅਤੇ ਮੈਂ ਇਸ ਟਾਈਮ 'ਤੇ BLLB ਦੀ ਸਟੱਡੀ ਕਰ ਰਹੀ ਹਾਂ ਖਾਲਸਾ ਕਾਲਜ ਆਫ ਲਾਅ ਤੋਂ। ਐਂਡ ਮੇਰਾ ਸੁਪਨਾ ਇਹੀ ਆ ਕਿ ਮੈਂ ਵਿਦੇਸ਼ ਨਹੀਂ ਜਾਣਾ ਚਾਹੁੰਦੀ ਪਹਿਲੇ ਨੰਬਰ 'ਤੇ, ਕਿਉਂਕਿ ਮੈਂ ਮਤਲਬ ਜਿਹੜਾ ਮੇਰਾ ਪ੍ਰੋਫੈਸ਼ਨ ਮੈਂ ਚੂਜ਼ ਕੀਤਾ ਆ, ਮਤਲਬ ਮੇਰਾ 9th ਸਟੈਂਡਰਡ ਤੋਂ ਹੀ ਮਤਲਬ ਸੁਪਨਾ ਸੀਗਾ ਕਿ ਮੈਂ ਮਤਲਬ ਵਕੀਲ ਬਣਾ। ਮੌਕੇ ਬਣੇ, ਕਿਸ ਤਰੀਕੇ ਦੇ ਨਾਲ ਇਹ ਸਾਰੀ ਚੀਜ਼ ਹੋਈ ਕਿ ਤੁਹਾਨੂੰ ਇੱਥੇ ਆ ਕੇ ਸਟੱਡੀ ਇੱਥੇ ਕਰਨੀ ਪਈ? ਹਾਲਾਂਕਿ ਦੇਖਭਾਲ, ਸਾਂਭ ਸੰਭਾਲ, ਪੜ੍ਹਾਈ ਦਾ ਮਿਆਰ ਜਿਹੜਾ ਉਹ ਵੀ ਚੰਗਾ ਹੈ, ਪਰ ਇੱਥੇ ਆਉਣ ਦਾ ਸਬੱਬ ਕਿਵੇਂ ਬਣਿਆ? ਕੀ ਕੁਝ ਹੋਇਆ ਸੀ ਜ਼ਿੰਦਗੀ ਦੇ ਵਿੱਚ ਕਿ ਤੁਹਾਨੂੰ ਇੱਥੇ ਆਉਣਾ ਪਿਆ?
ਹਾਂਜੀ, ਇਸ ਦਾ ਮੇਨ ਕਾਰਨ ਇਹੀ ਆ ਕਿ ਮਤਲਬ ਮੈਂ ਮਤਲਬ ਛੋਟੀ ਸੀ, 7th ਸਟੈਂਡਰਡ ਦੇ ਵਿੱਚ ਪੜ੍ਹਦੀ ਸੀਗੀ ਐਂਡ ਅਚਾਨਕ ਮੇਰੇ ਪਾਪਾ ਦੀ ਡੈਥ ਹੋ ਗਈ ਸੀਗੀ। ਕੁਝ ਕਾਰਨਾਂ ਕਰਕੇ ਮਤਲਬ ਉਹਨਾਂ ਨੂੰ ਬਲੱਡ ਕੈਂਸਰ ਹੋ ਗਈ ਸੀਗੀ ਅਤੇ ਇੱਕਦਮ ਘਰ ਦੇ ਵਿੱਚ ਫਾਈਨੈਂਸ਼ੀਅਲ ਕੰਡੀਸ਼ਨ ਵੀ ਉੱਪਰ ਥੱਲੇ ਹੋ ਗਈ ਅਤੇ ਮੇਰੇ ਮਦਰ ਨੇ ਹੈ ਨਾ ਸਿਰਫ ਇਕੱਲੇ ਉਹੀ ਨੇ, ਉਹ ਮੈਨੂੰ ਇਕੱਲੀ ਨੂੰ ਪੜ੍ਹਾ ਨਹੀਂ ਸਕਦੇ, ਬ੍ਰਦਰ ਦਾ ਵੀ ਖਰਚਾ ਚੁੱਕਣਾ, ਇਸ ਕਰਕੇ ਦੋਵਾਂ ਦਾ ਔਖਾ ਸੀਗਾ। ਉਸ ਤੋਂ ਬਾਅਦ ਕਿਸੇ ਦੀ ਰਿਸ਼ਤੇਦਾਰਾਂ ਦੀ ਹੈਲਪ ਦੇ ਨਾਲ ਸਾਨੂੰ ਇੱਥੋਂ ਦਾ ਪਤਾ ਲੱਗਾ, ਫਿਰ ਮੰਮੀ ਹੋਣੀ ਮੈਨੂੰ ਇੱਥੇ ਛੱਡ ਕੇ ਐਂਡ ਹੌਲੀ ਹੌਲੀ ਤੁਸੀਂ ਦੇਖ ਸਕਦੇ ਹੋ ਮੈਂ ਪਲੱਸ 1 ਪਲੱਸ 2 ਇੱਥੇ ਕੀਤੀ। ਪਹਿਲਾਂ ਇਸ ਤਰ੍ਹਾਂ ਸੀਗਾ ਕਿ ਮਤਲਬ ਕਈ ਘਰਾਂ ਦੇ ਵਿੱਚ ਫਾਈਨੈਂਸ਼ੀਅਲ ਕੰਡੀਸ਼ਨ ਨਹੀਂ ਸੀ ਸਹੀ ਅਤੇ ਮਾਪੇ ਚਾਹੁੰਦੇ ਸੀ ਚਲੋ ਬੱਚਿਆਂ ਨੂੰ ਬਾਹਰ ਭੇਜ ਦਈਏ, ਅਤੇ ਮੇਰੇ ਵੀ ਜੇ ਮੈਂ ਫੋਰ ਐਗਜ਼ਾਮਪਲ ਇੱਥੇ ਨਹੀਂ ਆਉਂਦੀ ਤਾਂ ਸ਼ਾਇਦ ਮੈਂ ਵੀ ਮੇਰੇ ਮੰਮੀ ਹੋਣੀ ਪੈਸੇ ਲਾ ਕੇ ਮਤਲਬ ਪੈਲੀ ਵਗੈਰਾ ਜ਼ਮੀਨ ਵੇਚ ਕੇ ਅਤੇ ਕਾਸ਼ ਮੈਂ ਵੀ ਬਾਹਰ ਹੀ ਹੁੰਦੀ। ਬਟ ਜੋ ਉੱਥੇ ਪ੍ਰੈਸ਼ਰਾਈਜ਼ ਅੱਜ ਦੀ ਯੂਥ ਜਿਹੜੀ ਉੱਥੇ ਹੋ ਰਹੀ ਆ ਵੀ ਮਤਲਬ ਆਪਣੇ ਘਰਦਿਆਂ ਨੂੰ ਕੁਛ ਦੱਸਦੇ ਨਹੀਂ ਪਏ, ਚੋਰੀ ਉਹਨਾਂ ਨੂੰ ਕੀ ਪਤਾ ਕੀ ਕੁਛ ਕਰਨਾ ਪੈਂਦਾ ਉੱਥੇ, ਕਿਸ ਤਰ੍ਹਾਂ ਪੈਸੇ ਕਮਾ ਰਹੀ, ਕੁੜੀਆਂ ਜੇ ਖਾਸ ਕਰ ਗੱਲ ਕਰੀਏ ਉਹ ਬਿਲਕੁਲ ਆਪਣੇ ਘਰਦਿਆਂ ਨੂੰ ਦੱਸਦੀਆਂ ਨਹੀਂ ਹੈਗੀਆਂ, ਕੋਈ ਸ਼ੇਅਰ ਕਰਨ ਵਾਲਾ ਉੱਥੇ ਨਹੀਂ ਹੈਗਾ। ਅਤੇ ਸਟ੍ਰੈਸ ਜਿਹਨੂੰ ਕਹਿੰਦੇ, ਸਟ੍ਰੈਸ ਇੱਕ ਕਹਿ ਲਓ ਮਤਲਬ ਕਿ ਮਤਲਬ ਮਾਨਸਿਕ ਤਣਾਅ ਉਹਨਾਂ ਦਾ ਖਰਾਬ ਹੋ ਰਿਹਾ ਅਤੇ ਨਾ ਪੁੱਛਣ ਗਿੱਛਣ ਵਾਲਾ ਹੈਗਾ ਆ ਉਹਨਾਂ ਨੂੰ, ਕੋਈ ਨਾ ਉਹ ਦੱਸਣ ਵਾਲੀਆਂ ਹੈਗੀਆਂ। ਇਸ ਕਰਕੇ ਮੈਨੂੰ ਲੱਗਦਾ ਕਿ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਅਗਰ ਤੁਸੀਂ ਪੜ੍ਹ ਸਕਦੀ ਹੋ ਤਾਂ ਇੱਥੇ ਰਹਿ ਕੇ ਆਪਣੇ ਮਾਂ ਬਾਪ ਦਾ ਨਾਮ ਰੋਸ਼ਨ ਕਰੋ, ਕਿਉਂਕਿ ਅਗਰ ਤੁਹਾਡਾ ਕੋਈ ਸੁਪਨਾ ਹੈ ਤਾਂ ਉਹ ਜੇ ਤੁਸੀਂ ਮਿਹਨਤ ਨਾਲ ਕਰੋਗੇ ਤਾਂ ਇੱਕ ਨਾ ਇੱਕ ਦਿਨ ਉਹ ਜ਼ਰੂਰ ਪੂਰਾ ਹੋਊਗਾ। ਪਿੰਡ ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਸੁਮਨਪ੍ਰੀਤ ਕੌਰ ਹੈ। ਮੈਂ ਕਿੰਨਾ ਚਿਰ ਹੋ ਗਿਆ ਇੱਥੇ ਰਹਿੰਦੇ? ਮੈਨੂੰ ਲਗਭਗ 6 ਸਾਲ ਹੋ ਗਏ ਇੱਥੇ ਰਹਿੰਦੇ। ਕੀ ਸਟੱਡੀ ਕੀ ਕਰਦੇ ਹੋ? MBBS ਕਰ ਰਹੀ ਹਾਂ, ਫਸਟ ਈਅਰ ਰੀਸੈਂਟਲੀ ਕੰਪਲੀਟ ਹੋਇਆ, ਸੈਕਿੰਡ ਈਅਰ ਆ ਗਿਆ। ਡਾਕਟਰ ਸਾਹਿਬ ਬਣ ਕੇ ਉਸ ਤੋਂ ਬਾਅਦ ਕਿਵੇਂ ਸੇਵਾ ਇੱਥੇ ਕਰਨੀ ਹੈ ਕਿ ਜਿਵੇਂ ਭੈਣ ਹੋਣਾ ਨੇ ਕਿਹਾ ਕਿ ਬਾਹਰ ਜਾਣ ਦਾ ਕੋਈ ਬਲਬਲਾ ਹੈ ਮਨ ਦੇ ਵਿੱਚ, ਚਾਹ ਹੈ ਕਿ ਬਾਹਰ ਜਾ ਕੇ ਵਿਦੇਸ਼ ਦੀ ਧਰਤੀ ਦੇ ਉੱਪਰ ਪੈਸੇ ਕਮਾਈਏ? ਪ੍ਰੈਕਟਿਸ ਕਰਨ ਲਈ ਬਾਹਰ ਜਾ ਸਕਦੇ ਹਾਂ, ਇਨ ਦਾ ਐਂਡ ਤਾਂ ਇੱਥੇ ਆਉਣਾ। ਕੀ ਤੁਹਾਡੇ ਪਿੱਛੇ ਕਾਰਨ ਕੀ ਹੈ ਇਸ ਚੀਜ਼ ਨੂੰ ਸਮਝਦੇ ਕਿ ਇੱਥੇ ਲੋਕਾਂ ਦੀ ਸੇਵਾ ਕਰਨੀ ਚਾਹੁੰਦੇ ਹੋ, ਇਹ ਕਾਰਨ ਹੈ ਜਾਂ ਫਿਰ ਇੱਥੇ ਜਿਹੜੇ ਜਿਸ ਤਰੀਕੇ ਦੇ ਨਾਲ ਹਾਲਤਾਂ ਅਤੇ ਹਾਲਾਤ ਹੋਏ ਪਏ ਨੇ, ਲੜਕੀਆਂ ਖਾਸ ਤੌਰ ਦੇ ਉੱਪਰ ਕਹਿੰਦੀਆਂ ਨੇ ਕਿ ਸਾਨੂੰ ਸੁਰੱਖਿਆ ਪੱਖੋਂ ਇੱਧਰ ਚੰਗੀ ਨਹੀਂ ਹੈ, ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਘਟਨਾਵਾਂ ਹੋਈਆਂ ਉਹ ਮਨ ਦੇ ਵਿੱਚ ਕਿਤੇ ਵੱਡਾ ਸਵਾਲ ਬਣਦੀਆਂ ਤੁਹਾਡੇ? ਹਾਂਜੀ, ਕਿਉਂਕਿ ਲੜਕੀਆਂ ਤਾਂ ਉੱਧਰ ਬਿਲਕੁਲ ਵੀ ਸੇਫ ਨਹੀਂ ਹੈਗੀਆਂ। ਜੇ ਮੈਂ ਜਾਣਾ ਵੀ ਹੈ ਤਾਂ ਸਿਰਫ ਮੈਂ ਮੈਡੀਕਲ ਪ੍ਰੈਕਟਿਸਿਸ ਲਈ ਜਾਣਾ ਹੈ। ਕਿਵੇਂ ਬਣਿਆ ਇੱਥੇ ਆਉਣ ਦਾ ਹਿੱਲਾ, ਕਿਵੇਂ ਤੁਸੀਂ ਇੱਥੇ ਪਹੁੰਚੇ ਅਤੇ ਕੀ ਪਰਿਵਾਰ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਸੀ, ਕੀ ਕਾਰਨ ਰਹਿ ਪਿੱਛੇ? ਮੈਂ ਜਦੋਂ KG ਕਲਾਸ 'ਚ ਸੀ ਉਦੋਂ ਮੇਰੇ ਫਾਦਰ ਦੀ ਡੈਥ ਹੋ ਗਈ ਸੀ। ਫਿਰ ਅਸੀਂ ਮਤਲਬ ਕਿਸੇ ਰਿਸ਼ਤੇਦਾਰ, ਕਾਫੀ ਲੇਟ ਪਤਾ ਲੱਗਾ, ਮਤਲਬ ਮੈਂ 8th ਕਲਾਸ 'ਚ ਸੀ ਉਦੋਂ ਪਤਾ ਲੱਗਾ ਕਿ ਇਸ ਤਰ੍ਹਾਂ ਟਰੱਸਟ ਹੈਗਾ। ਤਾਂ ਫਿਰ ਅਸੀਂ ਇੱਥੇ ਆਏ 9th ਸਟੈਂਡਰਡ ਦੇ ਵਿੱਚ, ਫਿਰ ਇੱਥੇ ਆ ਕੇ ਮਤਲਬ ਆਪਣੀ ਫਰਦਰ ਸਟੱਡੀ ਕੰਪਲੀਟ ਕੀਤੀ, ਨੀਟ ਦਿੱਤਾ, ਕਲੀਅਰ ਹੋ ਗਿਆ, ਫਿਰ MBBS 'ਚ। ਮਾਹੌਲ ਕਿਵੇਂ ਲੱਗਦਾ ਇੱਥੇ ਸਟੱਡੀ ਨੂੰ ਲੈ ਕੇ, ਰਹਿਣ ਸਹਿਣ ਨੂੰ ਲੈ ਕੇ ਜਾਂ ਫਿਰ ਉੱਦਾਂ ਆਬੋ ਹਵਾ ਕਿਵੇਂ ਲੱਗਦੀ? ਮਾਹੌਲ ਤਾਂ ਮਤਲਬ ਕਾਫੀ ਠੀਕ ਹੈਗਾ ਹੈ, ਮਤਲਬ ਪੜ੍ਹਾਈ ਵੀ ਸਾਡਾ ਮਤਲਬ ਸੈਪਰੇਟ ਰੂਮ ਹੈ, ਆਪਾਂ ਸ਼ਾਂਤੀ ਦੇ ਵਿੱਚ ਪੜ੍ਹ ਸਕਦੇ ਹਾਂ। ਮੈਂ ਚਾਹੁੰਦੀ ਹਾਂ ਜਿੱਦਾਂ ਸਾਡੀ ਆਂਟੀ ਹੈਲਪ ਕਰ ਰਹੀ ਹੈ, ਇੱਦਾਂ ਅਸੀਂ ਵੀ ਇਹਨਾਂ ਨੂੰ ਹੈਲਪ ਕਰਾਂਗੇ ਆਉਣ ਵਾਲੇ ਬੱਚਿਆਂ ਨੂੰ। ਜਿੱਦਾਂ ਇਹਨਾਂ ਨੇ ਸਾਨੂੰ ਸਟੱਡੀ ਕਰਵਾਈ ਹੈ, ਬਾਹਰੋਂ ਪੈਸਾ ਆਉਂਦਾ, ਇੱਦਾਂ ਸੇਮ ਅਸੀਂ ਵੀ ਕਰਾਂਗੇ, ਜ਼ਰੂਰ ਹੈਲਪ ਕਰਾਂਗੇ ਆਉਣ ਵਾਲੇ ਬੱਚੇ। ਸੋ ਧਰਮ ਸਿੰਘ ਖਾਲਸਾ ਇਹ ਜਿਹੜਾ ਚੈਰੀਟੇਬਲ ਟਰੱਸਟ ਚੱਲਦਾ ਹੈ ਉਸ ਦੇ ਵਿੱਚ ਇਹ ਭੈਣਾਂ ਖੜੀਆਂ ਸੀ, ਇਹਨਾਂ ਦੇ ਨਾਲ ਗੱਲਬਾਤ ਕੀਤੀ ਹੈ, ਮਨ ਦੇ ਬਲਬਲੇ ਸਾਂਝੇ ਕੀਤੇ ਗਏ ਨੇ ਕਿ ਕੁਝ ਘਰਾਂ ਦੀਆਂ ਸਥਿਤੀਆਂ ਬਣੀਆਂ ਜਿਸ ਤੋਂ ਬਾਅਦ ਇੱਥੇ ਆਉਣਾ ਹੋਇਆ, ਅਤੇ ਬੀਬੀ ਸੰਦੀਪ ਕੌਰ ਹੋਰਾਂ ਦੇ ਵੱਲੋਂ ਕਿਵੇਂ ਇਹਨਾਂ ਦੀ ਸਾਂਭ ਸੰਭਾਲ ਕੀਤੀ ਜਾਂਦੀ ਹੈ, ਕਿਵੇਂ ਪੜ੍ਹਾਈ ਦਾ ਉਹ ਸਾਰਾ ਖਰਚਾ ਚੁੱਕਿਆ ਜਾਂਦਾ ਹੈ। ਹਾਇਰ ਸਟੱਡੀਜ਼ ਦੇ ਲਈ ਬਹੁਤ ਸਾਰੀਆਂ ਲੜਕੀਆਂ ਬਾਹਰ ਵੀ ਗਈਆਂ ਨੇ ਅਤੇ ਇੱਥੇ ਰਹਿ ਕੇ ਕੰਮ ਕਰਨ ਦੀਆਂ ਇੱਛੁਕ ਇਹ ਭੈਣਾਂ ਜਿਹੜੀਆਂ ਨੇ, ਇਹਨਾਂ ਦੇ ਮਨ ਦੇ ਜਿਹੜੇ ਸੁਪਨੇ ਨੇ, ਬਲਬਲੇ ਨੇ, ਅਸੀਂ ਉਮੀਦ, ਆਸ ਅਤੇ ਕਾਮਨਾ ਇਹੀ ਕਰਦੇ ਹਾਂ ਕਿ ਪੂਰੇ ਹੋਣ, ਆਉਣ ਵਾਲੇ ਭਵਿੱਖ ਦੇ ਵਿੱਚ ਇਹਨਾਂ ਦੇ ਵੱਲੋਂ ਚੰਗੀਆਂ ਮਹਾਰਤਾਂ ਹਾਸਲ ਕੀਤੀਆਂ ਜਾਣ ਅਤੇ ਆਉਣ ਵਾਲੇ ਭਵਿੱਖ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਲਈ ਇਹ ਸਬੱਬ ਬਣਨ ਕਿ ਉਹਨਾਂ ਦੀ ਜ਼ਿੰਦਗੀ ਨੂੰ ਵੀ ਚੰਗਾ ਤਰਾਸ਼ ਕੇ ਅਤੇ ਆਉਣ ਵਾਲਾ ਭਵਿੱਖ ਉਹਨਾਂ ਦਾ ਵੀ ਉਜਵਲ ਇਹਨਾਂ ਦੇ ਵੱਲੋਂ ਕੀਤਾ ਜਾਵੇ। ਆਉਣ ਵਾਲੇ ਸਮੇਂ ਦੇ ਵਿੱਚ ਇੱਕ ਨਵੀਂ ਜਗ੍ਹਾ, ਇੱਕ ਨਵੀਂ ਸ਼ਖਸੀਅਤ ਦੇ ਨਾਲ ਮੁੜ ਤੁਹਾਡੇ ਰੂਬਰੂ ਹੋਵਾਂਗੇ। ਬਹਿਰਹਾਲ ਕੈਮਰਾਮੈਨ ਵਿਜੇ ਦੇ ਨਾਲ ਮੈਂ ਸੁਖਬੀਰ ਸਿੰਘ ਸ਼ੇਰਗਿੱਲ, ਹਮਦਰਦ TV, ਸ੍ਰੀ ਅੰਮ੍ਰਿਤਸਰ ਸਾਹਿਬ।